7.5 ਮੀਟਰ ਪੱਗ ਸ਼ੇਪੇਚਾਂ ਵਾਲੀ ਇਹਦੇ ਬਾਰੇ ਆਪਾਂ ਸਾਰਾ ਦੱਸਾਂਗੇ ਡਿਟੇਲ ਦੇ ਵਿੱਚ ਤੇ ਕਿਹੜਾ ਕੱਪੜਾ ਤੇ ਵੀਡੀਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖੋ ਅੱਜ ਜਿਹੜੀ ਦਸਤਾਰ ਬੰਨਣ ਜਾ ਰਹੇ ਹਾਂ 7.5 ਮੀਟਰ ਦੀ ਲੈਂਥ ਆ ਤੇ ਕੱਪੜਾ ਜਿਹੜਾ ਉਹ ਮਾਤੂਸ਼ਰੀ ਕੰਪਨੀ ਦਾ ਪ੍ਰੀਆ 골ਡ ਕੱਪੜਾ ਆਪਾਂ ਬੰਨਣ ਜਾ ਰਹੇ ਹਾਂ ਸੋ ਪੱਗ ਬੰਨਣ ਤੋਂ ਪਹਿਲਾਂ ਹਲਕਾ ਹਲਕਾ ਪਾਣੀ ਲਾਉਣਾ ਜੇਕਰ ਤੁਸੀਂ ਜ਼ਿਆਦਾ ਪਾਣੀ ਛੜਕ ਲੋਗੇ ਤਾਂ ਪੱਗ ਦੀ ਸ਼ੇਪ ਆ ਉਹ ਜ਼ਿਆਦਾ ਛੋਟੀ ਬਣੂਗੀ ਸੋ ਸਭ ਤੋਂ ਪਹਿਲਾਂ ਪੁਣੀ ਕਰਨ ਤੋਂ ਬਾਅਦ ਦੇਖੋ ਦੋ ਪਤਲੇ ਪੱਲੇ ਥੱਲੇ ਵਾਲੀ ਸਾਈਡ ਰੱਖਦੇ ਹੋਏ ਆਪਾਂ ਲੜ ਲੜ ਗਾਵਾਂਗੇ ਜਦੋਂ ਵੀ ਇਹ ਲੜ ਲਾਉਣੇ ਹੁੰਦੇ ਇੱਧਰ ਵਾਲੀ ਸਾਈਡ ਤੋਂ ਤਾਂ ਲੜਾਂ ਦੀ ਜਿਹੜੀ ਚੜਾਈ ਆ ਉਹ ਜ਼ਿਆਦਾ ਨਾ ਹੋਵੇ ਇੱਕ ਸਾਈਡ ਤੋਂ ਦੇਖੋ ਹੱਥ ਜਿਵੇਂ ਫੜਨਾ ਲੜ ਸਿਰੇ ਤੱਕ ਉਸ ਹਿਸਾਬ ਦੇ ਨਾਲ ਲੜ ਫੜਨਾ ਜਿਹੜਾ ਬੈਕ ਸਾਈਡ ਤੱਕ ਲੜ ਵਧੀਆ ਤਰੀਕੇ ਨਾਲ ਲੱਗ ਜਾਏ ਸੋ ਇਸ ਤਰੀਕੇ ਨਾਲ ਲੜ ਸਾਫ਼ ਕਰਕੇ ਪ੍ਰੋਪਰ ਉੱਪਰੋਂ ਤੇ ਥੱਲੇੋਂ ਇਕੱਠਾ ਕਰਕੇ ਉੱਪਰ ਵਾਲੀ ਸਾਈਡ ਤੋਂ ਇਕੱਠਾ ਤਾ ਕਰਨਾ ਤਾਂ ਕਿ ਖਿਸਕੇ ਨਾ ਤੁਸੀਂ ਦੇਖੋ ਪਹਿਲਾ ਲੜ ਅੱਧੀ ਅੱਖ ਅੱਧਾ ਕੰਨ ਨਦੀ ਗੱਲ ਕਵਰ ਕਰਦੇ ਹੋਏ ਆਪਾਂ ਲਾ ਚੁੱਕੇ ਆ ਇਸ ਤੋਂ ਬਾਅਦ ਦੂਸਰਾ ਲੜ ਦੂਸਰੀ ਸਾਈਡ ਤੋਂ ਜਿਹੜਾ ਪਹਿਲਾ ਵਾਲਾ ਲੜ ਆਇਆ ਸੀ ਉਹਦੇ ਹਲਕਾ ਜਿਹਾ ਬਈ ਜਿਹਦੇ ਨਾਲ ਆਪਾਂ ਬਾਅਦ ਚ ਪਤਾ ਲੱਗੇ ਜੇ ਸਿਰ ਟਕਣੰਦਰਾਂ ਉਹਨਾਂ ਕੋ ਨੂੰ ਦੇਖਦਾ ਰੱਖ ਕੇ ਬਾਕੀ ਆਪਾਂ ਉੱਪਰ ਦੀ ਲੜ ਲੈ ਕੇ ਆਵਾਂਗੇ ਬੈਕ ਸਾਈਡ ਤੇ ਕੋਈ ਚ ਨਹੀਂ ਕਰਨਾ ਆਪਾਂ ਸਿੰਪਲ ਤੇ ਪਿੰਚ ਕਰਕੇ ਕੱਪੜਾ ਚੁੰਡੀ ਦੇ ਵਿੱਚ ਭਰ ਲੈਣਾ ਤੇ ਥੱਲੇ ਵਾਲਾ ਕੱਪੜਾ ਉੱਪਰ ਕਰ ਦੇਣਾ ਤੇ ਉੱਪਰ ਵਾਲੀ ਸਾਈਡ ਤੋਂ ਕੱਪੜਾ ਇੱਕ ਵਾਰ ਮੋੜ ਦੇਣਾ ਦੇਖੋ ਇਸ ਤਰੀਕੇ ਦੇ ਨਾਲ ਜਿੰਨਾ ਟਾਈਮ ਤੁਸੀਂ ਉੱਪਰ ਵਾਲੀ ਸਾਈਡ ਤੋਂ ਜਿਹੜਾ ਲਾੜਾ ਇਸ ਤਰੀਕੇ ਨਾਲ ਨਹੀਂ 모ੜਦੇ ਤਾਂ ਉਹਨਾਂ ਟਾਈਮ ਤੁਹਾਡੀ ਸ਼ੇਪ ਆ ਜਿਹੜੀ ਉਹ ਵਧੀਆ ਤਰੀਕੇ ਨਾਲ ਨਹੀਂ ਬਣਨੀ ਬਹੁਤ ਸਾਰੇ ਭਰਾ ਕਹਿੰਦੇ ਹੁੰਦੇ ਪੱਗ ਬੈਕ ਸਾਈਡ ਵੱਲੋਂ ਚਲੀ ਜਾਂਦੀ ਆ ਜਾਂ ਫਿਰ ਪ੍ਰੋਬਲਮ ਆ ਜਾਂਦੀ ਆ ਕਿ ਪੱਗ ਦੀ ਸ਼ੇਪ ਆ ਜਿਹੜੀ ਉਹ ਸੋਹਣੀ ਨਹੀਂ ਬਣਦੀ ਤੁਸੀਂ ਦੇਖੋ ਇਹਦੇ ਨਾਲ ਅੰਗੂਠੇ ਦੇ ਨਾਲ ਪਿੰਚ ਕਰਕੇ ਇਸ ਤਰੀਕੇ ਨਾਲ ਜੇ ਲੜ 모ੜੋਗੇ ਸਾਰੇ ਲੜਾਂ ਦੀ ਸ਼ੇਪ ਬੰਤਰ ਉਹ ਬਰਾਬਰ ਜੀ ਰਹੂਗੀ ਤੇ ਬਹੁਤੀ ਆਪਾਂ ਨੂੰ ਬਾਜ ਫੇਰਨ ਦੀ ਵੀ ਪ੍ਰੋਬਲਮ ਆਪਣੀ ਜਿਹੜੀ ਹੁੰਦੀ ਆ ਲੋਡ ਨਹੀਂ ਪੈਂਦੀ ਤਦੋਂ ਬਾਅਦ ਇਧਰ ਵਾਲੀ ਸਾਈਡ ਜਿਹੜੇ ਉੱਪਰ ਵਾਲੇ ਲੜਾ ਉੱਪਰ ਵਾਲੇ ਲੜਾਂ ਦੇ ਵਿੱਚ ਆਪਾਂ ਉਂਗਲਾਂ ਦੀ ਹੈਲਪ ਦੇ ਨਾਲ ਨਾਲ ਦੀ ਨਾਲ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਉਂਗਲਾਂ ਇਸ ਤਰੀਕੇ ਨਾਲ ਵਰਤੋਂ ਕਰਕੇ ਵਧੀਆ ਸਫਾਈ ਕਰ ਲੈਣੀ ਆ ਫਿਰ ਅਗਲਾ ਲੜ ਉਸੇ ਤਰੀਕੇ ਨਾਲ ਪਿੰਚ ਕਰਕੇ ਤੁਸੀਂ ਦੇਖੋ ਆਪਾਂ ਇਸ ਤਰੀਕਾ ਜਿਹੜਾ ਵਧੀਆ ਆਪਾਂ ਲੜਾ ਜਿਹੜਾ 모ੜ ਸਕਦੇ ਜੇ ਤੁਹਾਨੂੰ ਲੱਗਦਾ ਲੜ ਥੋੜਾ ਜਿਹਾ ਪਤਲਾ ਹੈਗਾ ਉਹ ਤੁਸੀਂ ਦੁਬਾਰੇ ਇੱਕ ਵਾਰ ਕੰਨੀ 모ੜ ਸਕਦੇ ਹੋ ਨਹੀਂ ਜੇਕਰ ਸਹੀ ਆ ਫਿਰ ਲੋੜ ਵੀ ਨਹੀਂ ਇਸ ਤੇ ਕਿਨਾਂ ਕਰਨੀ ਦੁਆਰਾ ਮੋੜ ਸਕਦੇ ਆ। ਸੋ ਇਸ ਤੋਂ ਬਾਅਦ ਤੁਸੀਂ ਦੇਖੋ ਤਿੰਨ ਲੜ ਲੱਗ ਚੁੱਕੇ ਆ ਪਗ ਦੀ ਸ਼ੇਪ ਆ ਜਿਹੜੀ ਉਹ ਤੀਜੇ ਲੜ ਤੋਂ ਬਾਅਦ ਜਿਹੜੀ ਕਿ ਚੇਂਜ ਹੋਣ ਲੱਗ ਜਾਂਦੀ ਆ। ਹੁਣ ਤੁਸੀਂ ਦੇਖੋਗੇ ਇੱਥੋਂ ਆਪਾਂ ਹਲਕੇ ਹਲਕੇ ਲੜਾਂ ਦੀ ਸ਼ੇਪ ਉੱਪਰ ਵੱਲ ਨੂੰ ਚੱਕਣ ਲੱਗ ਜਾਂਣਾ। ਬੌਲੇ ਬਾਲੇ ਭਰਾ ਕੀ ਕਰਦੇ ਆ ਕਿ ਬੈਕ ਸਾਈਡ ਵੱਲ ਤੋਂ ਲੜ ਨੀਵੇਂ ਲਿਆਉਂਦਾ ਗਿੱਚੀ ਕੋਲ ਤੇ ਉਹਦੇ ਨਾਲ ਕੀ ਹੁੰਦਾ ਦਸਤਾਰ ਇੱਕ ਪਾਸੇ ਨੂੰ ਜ਼ਿਆਦਾ ਇਕੱਠੀ ਹੋ ਜਾਂਦੀ ਆ ਤੇ ਦੇਖਣ ਦੇ ਵਿੱਚ ਵੀ ਸੋਹਣੀ ਨਹੀਂ ਲੱਗਦੀ ਫਿਰ। ਤਦ ਤੁਸੀਂ ਦੇਖੋਗੇ ਹੁਣ ਅਗਲਾ ਲੜ ਜਿਹੜਾ ਚੌਥਾ ਲੜ ਆਪਾਂ ਲਾਉਣਾ ਇਹਦੇ ਤੇ ਪਗ ਦੀ ਸ਼ੇਪ ਆ ਜਿਹੜੀ ਉਹ ਉੱਪਰ ਵੱਲ ਨੂੰ ਚਲੀ ਜਾਊਗੀ ਤੁਸੀਂ ਦੇਖੋਗੇ ਤੇ ਇੱਧਰ ਵਾਲੀ ਸਾਈਡ ਤੋਂ ਉਹੀ ਜਿਵੇਂ ਪਹਿਲਾਂ ਆਪਾਂ ਲੜਾਂ ਦੀ ਸਫਾਈ ਕਰਦੇ ਸੀ ਉਸੇ ਤਰੀਕੇ ਨਾਲ ਆਪਾਂ ਕਰਦੇ ਜਾਵਾਂਗੇ ਸਟਾਰਟਿੰਗ ਤੋਂ ਐਂਡ ਤੱਕ ਦੋ ਪਤਲੇ ਪੱਲੇ ਥੱਲੇ ਰਹਿਣਗੇ ਪਿੰਚ ਕਰਨ ਦਾ ਤਰੀਕਾ ਤੁਹਾਨੂੰ ਪਤਾ ਇਹ ਸਭ ਤੋਂ ਸੌਖਾ ਤਰੀਕਾ ਹੈਗਾ ਜੇ ਤੁਸੀਂ ਹੋਰ ਤਰੀਕਿਆਂ ਦੇ ਨਾਲ ਲੜ ਮੋੜੋਗੇ ਤਾਂ ਲੜ ਮੋٹے ਪਤਲੇ ਜਿਹੜੇ ਕਿ ਰਹਿ ਜਾਂਦੇ ਆ ਇਸ ਟ੍ਰਿਕ ਨਾਲ ਤੁਹਾਡੇ ਲੜਾਂ ਦੀ ਸ਼ੇਪ ਆ ਜਿਹੜੀ ਉਹ ਬੰਤਰਾ ਬਰਾਬਰ ਰਹੂਗੀ ਇੱਥੇ ਤੁਸੀਂ ਦੇਖੋ ਆਪਾਂ ਲੜ ਉੱਪਰ ਵੱਲ ਨੂੰ ਜਦੋਂ ਫਰੰਟ ਤੋਂ ਦੇਖਾਂਗੇ ਆਪਾਂ ਹੌਲੀ ਹੌਲੀ ਹਲਕੇ ਹਲਕੇ ਤੀਜੇ ਤੋਂ ਬਾਅਦ ਚੌਥਾ ਲੜ ਪੰਜਵਾਂ ਛੇਵਾਂ ਲੜ ਉੱਪਰ ਵੱਲ ਨੂੰ ਜਾਂਦੇ ਜਾਣਗੇ ਦੇਖੋ ਇੱਥੋਂ ਆਪਾਂ ਉੱਪਰ ਵੱਲ ਨੂੰ ਇਹ ਲੜ ਚੜ੍ਹਿਆ ਗਿਆ ਇਸ ਤੋਂ ਬਾਅਦ ਅਗਲਾ ਲੜ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਪੱਗ ਬੰਨ੍ਹਦੇ ਟਾਈਮ ਜਾਂ ਪਰਨਾ ਬੰਨ੍ਹਦੇ ਟਾਈਮ ਤੁਹਾਨੂੰ ਜੇਕਰ ਕੋਈ ਵੀ ਪ੍ਰੋਬਲਮ ਆਦਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸੇ ਟੌਪਿਕ ਦੇ ਉੱਤੇ ਜਿਹੜੀ ਕਿ ਵੀਡੀਓ ਲੈ ਕੇ ਆਵਾਂਗੇ ਇਹਦੇ ਤੋਂ ਬਿਨਾਂ ਬਾਕੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਜਿਹੜੀ ਵੀਡੀਓ ਆ ਉਹ ਸਾਂਝੀ ਕਰਿਆ ਕਰੋ ਤਾਂ ਕਿ ਹੋਰ ਵੀ ਬੀਰਪਰਾ ਵੀਡੀਓ ਨੂੰ ਦੇਖਣ ਤੇ ਸਾਡਾ ਵੀ ਹੌਂਸਲਾ ਵਧੇ ਤੇ ਅਸੀਂ ਹੋਰ ਜਿਹੜੀਆਂ ਵੱਧ-ਵੱਧ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਇੱਥੋਂ ਆਪਾਂ ਫਿਰ ਆਪਾਂ ਉੱਪਰ ਵੱਲ ਨੂੰ ਲੜ ਤੁਸੀਂ ਦੇਖੋ ਪਹਿਲੇ ਲੜ ਥੱਲੇ ਸਾਈਡ ਤੇ ਆਪਣਾ ਹੱਥ ਰਹਿਦਾ ਸੀ ਹੁਣ ਉੱਪਰ ਵੱਲ ਨੂੰ ਉੱਪਰ ਵਾਲੀ ਸਾਈਡ ਤੋਂ ਲੜ ਮੋੜਨਾ ਜ਼ਰੂਰੀ ਆ। ਇੱਥੋਂ ਲੜ ਹੁਣ ਦੇਖੋ ਉੱਪਰ ਕਿੰਨਾ ਆਪਾਂ ਪਹਿਲਾਂ ਨਾਲੋਂ ਉੱਪਰ ਚੱਲਿਆ ਗਿਆ। ਇਹ ਤੋਂ ਜਿਹੜਾ ਅਗਲਾ ਲੜ ਆਊਗਾ ਉਹ ਹੋਰ ਉੱਪਰ ਚਲਾ ਜਾਊਗਾ। ਉਹ ਤੁਸੀਂ ਦਸਤਾਰ ਦੀ ਸ਼ੇਪ ਆ ਜਿਹੜੀ ਉਹ ਦੇਖ ਸਕਦੇ ਹੋ। ਇੱਕ ਸਾਈਡ ਤੋਂ ਲੜ ਥੱਲੇ ਨੂੰ ਆ ਰਿਹਾ ਹੈ ਔਰ ਦੂਸਰੀ ਸਾਈਡ ਤੋਂ ਹਲਕੇ-ਹਲਕੇ ਉੱਪਰ ਵੱਲ ਨੂੰ ਜਾ ਰਿਹਾ ਹੈ। ਜਿਹੜਾ ਇਹ ਕੱਪੜਾ ਹੁੰਦਾ ਹੈ ਜੇਕਰ ਤੁਸੀਂ ਜ਼ਿਆਦਾ ਗਿੱਲਾ ਕਰੋਗੇ ਜਿਵੇਂ ਫੁੱਲ ਵੈਲ ਪ्युअर ਫੁੱਲ ਵੈਲ ਆ ਗਈ ਉਹ ਵੀ ਜੇ ਜ਼ਿਆਦਾ ਗਿੱਲੀ ਕਰ ਲੋਗੇ ਤਾਂ ਸ਼ੇਪ ਆ ਜਿਹੜੀ ਦਸਤਾਰ ਦੀ ਛੋਟੀ ਬਣੂਗੀ। ਤੇ ਤੁਸੀਂ ਟਰਾਈ ਕਰਨਾ ਕਿ ਜਿਆਦਾ ਛੋਟੀ ਜਿਹੜੀ ਸ਼ੇਪ ਆ ਉਹ ਜੱਚਦੀ ਨਹੀਂ ਫਿਰ ਫੇਸ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਲੜੜ ਆਪਣਾ ਕੱਲਾ ਕੱਲਾ ਲੜ ਪੂਰਾ ਵਧੀਆ ਦਿਖ ਰਿਹਾ ਅਸ ਤੋਂ ਬਾਅਦ ਆਪਾਂ ਲਗਾਵਾਂਗੇ ਇਹ ਅਗਲਾ ਲੜ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰੋ ਤਾਂ ਕਿ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕੋਈ ਹੋਰ ਵੀ ਵੀਰਪਰਾ ਘਰ ਬੈਠਾ ਦਸਤਾਰ ਆ ਜਿਹੜੀ ਸੋਹਣੀ ਸਿੱਖ ਸਕੇ ਅਸ ਤੋਂ ਬਾਅਦ ਤੁਸੀਂ ਦੇਖੋ ਜਿਹੜਾ ਲਾਸਟ ਲਾੜਾ ਇਹਦੇ ਤੇ ਜੇ ਤੁਹਾਡੇ ਡੈਂਟ ਤੁਹਾਨੂੰ ਲੱਗਦਾ ਡੈਂਟ ਪੈਂਦਾਗਾ ਕਿਤੇ ਤਾਂ ਉਹਨੂੰ ਦੁਬਾਰੇ ਲੜਨ ਨੂੰ ਜਾਂ ਤਾਂ ਖੋਲ ਕੇ ਲਾ ਲੈਣਾ ਜਾਂ ਫਿਰ ਆਪਾਂ ਕੀ ਕਰਨ ਪ੍ਰੋਪਰ ਗਿੱਲਾ ਹੱਥ ਕਰਕੇ ਉੱਤੇ ਫੇਰ ਲੈਣਾ ਉਹਦੇ ਨਾਲ ਵਧੀਆ ਜਿਹੜੀ ਸਫਾਈ ਆ ਹੋ ਜਾਂਦੀ ਆ ਤੇ ਮਾੜਾ ਮੋਟਾ ਜਿਹਾ ਡੈਂਟ ਵੀ ਹੋਵੇ ਉਹ ਫਿਰ ਦੱਬਿਆ ਜਾਂਦਾ ਬਾਜ ਦੀ ਹੈਲਪ ਦੇ ਨਾਲ ਆਪਾਂ ਸਫਾਈ ਕਰ ਲਈ ਲਾਸਟ ਲੜ ਦੇ ਵਿੱਚ ਇਸ ਤੋਂ ਬਾਅਦ ਲਾਸਟ ਲੜ ਲਾਵਾਂਗੇ ਸਿੱਧੇ ਦਾ ਸਿੱਧਾ ਇਹਦੇ ਵਿੱਚ ਜਿਹੜਾ ਲਾੜਾ ਉਹ ਇੰਨਾ ਜ਼ਿਆਦਾ ਜੱਜਦਾ ਨਹੀਂਗਾ ਜੇ ਪੱਗ ਪੈਣ ਲਾ ਕੇ ਕਲਗੀ ਵਾਂਗੂੰ ਲਵਾ ਲਗਾਵੋਗੇ ਤਾਂ ਉਹ ਜ਼ਿਆਦਾ ਜੱਜਦਾ ਸੋ ਆਪਾਂ ਕਲਗੀ ਵਾਂਗੂੰ ਲੜ ਲਾਵਾਂਗੇ ਹਲਕਾ ਹਲਕਾ ਮੈਂ ਆਪਾਂ ਸੈਟਿੰਗ ਕਰ ਸਕਦੇ ਆਂ ਲੜਾਂ ਦੀ ਤਾਂ ਕਿ ਦੇਖਣ ਦੇ ਵਿੱਚ ਸੋਹਣੀ ਲੱਗਦੀ ਆ ਸ਼ੇਪ ਲੜਾਂ ਦੀ ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਆਪਾਂ ਪ੍ਰੋਪਰ ਜਿਹੜੀ ਸਫਾਈ ਆ ਉਹ ਕਰ ਲਈ ਕਰਨ ਤੋਂ ਬਾਅਦ ਲਾਸਟ ਲੜਾ ਹੁਣ ਆਪਾਂ ਲਾਉਣਾ ਬਿਲਕੁਲ ਨੱਕ ਦੀ ਸ਼ੇਧ ਦੇ ਉੱਤੇ ਪੱਗ ਪੈਣ ਲੱਗੇਗਾ ਪੱਗ ਪੈਣ ਲਾਉਣ ਤੋਂ ਬਾਅਦ ਜਿਹੜਾ ਆਪਾਂ ਲਾਸਟ ਲੜਾ ਉਹ ਸਟਾਰਟ ਕਰਾਂਗੇ ਦੋਵੇਂ ਸਾਈਡ ਤੋਂ ਜਿਵੇਂ ਕੰਨੀਆਂ ਹੁਣ ਤੁਸੀਂ ਦੇਖੋ ਉਦਾਂ ਆਪਣੀਆਂ ਅੰਦਰਲੀ ਸਾਈਡ ਮੁੜੀਆਂ ਹੋਈਆਂ ਤੇ ਹਲਕੀ ਜਿਹੀ ਆਪਾਂ ਸੈਟਿੰਗ ਕਰਨੀ ਆ ਉੱਪਰਲਾ ਲੜ ਹਲਕਾ ਜਿਹਾ ਸਫਾਈ ਲੈ ਕੇ ਆਉਣੀ ਆ ਲੜ ਦੇ ਵਿੱਚ ਔਰ ਥੱਲੇ ਵਾਲੇ ਲੜ ਦੇ ਵਿੱਚ ਵੀ ਜੇ ਤੁਸੀਂ ਜ਼ਿਆਦਾ ਸਫਾਈ ਰੱਖਣੀ ਤਾਂ ਜ਼ਿਆਦਾ ਵੀ ਰੱਖ ਸਕਦੇ ਹੋ ਜੇਕਰ ਘੱਟ ਰੱਖਣੀ ਆ ਤਾਂ ਘੱਟ ਵੀ ਰੱਖ ਸਕਦੇ ਹੋ ਹਲਕੇ ਲੱਗੇ ਬਲ ਵੀ ਇਧਰਲੀ ਸਾਈਡ ਪਾ ਸਕਦੇ ਹੋ ਸੋ ਤੁਸੀਂ ਦੇਖੋ ਲਾਸਟ ਦੇ ਵਿੱਚ ਹੁਣ ਆਪਾਂ ਲਾਸਟ ਲੜ ਲਾ ਰਹੇ ਹਾਂ ਤੇ ਫਰੰਟ ਤੋਂ ਜਿਹੜਾ ਬਿਲਕੁਲ ਫਰੰਟ ਤੋਂ ਨੱਕ ਦੀ ਸੇਧ ਕੋਲੇ ਆ ਕੇ ਆਪਾਂ ਉੱਪਰੋਂ ਲੜ ਅੰਦਰਲੀ ਸਾਈਡ ਘਮਾਉਣਾ ਇਹ ਤੁਸੀਂ ਦੇਖੋ ਇੱਥੇ ਆਪਾਂ ਪੱਗ ਪੈਨ ਦੀ ਵਰਤੋਂ ਕਰਾਂਗੇ ਇਸ ਜਗ੍ਹਾ ਦੇ ਉੱਤੇ ਪੱਗ ਪੈਨ ਲਗਾ ਕੇ ਆਪਾਂ ਲੜ ਅੰਦਰਲੀ ਸਾਈਡ ਨੂੰ ਮੋੜ ਦੇਣਾ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਅੰਦਰ ਨੂੰ ਮੋੜ ਦੇਣਾ ਜੇ ਤੁਸੀਂ ਚਾਹੋਣੇ ਆਂਗੇ ਆਪਾਂ ਦੋ ਬਾਰ ਵੀ ਲੜ ਮੋੜ ਸਕਦੇ ਆ ਉਹਦੇ ਨਾਲ ਕੀ ਹੁੰਦਾ ਜਿਹੜੀ ਕਲਗੀ ਆ ਉੱਪਰ ਵਾਲੀ ਸਾਈਡ ਤੋਂ ਵਧੀਆ ਖੁੱਲੀ ਲੱਗਦੀ ਆ ਜਿਆਦਾ ਜੱਜਦੀ ਆ ਸੋ ਤੁਸੀਂ ਦੇਖ ਸਕਦੇ ਹੋ ਦਸਤਾਰ ਆਪਣੀ ਕੰਪਲੀਟਲੀ ਬੰਨੀ ਜਾ ਚੁੱਕੀ ਆ ਥੋੜੇ ਟਾਈਮ ਦੇ ਵਿੱਚ ਸਾਰੇ ਮੈਚ ਪੰਜ ਸੱਤ ਮਿੰਟ ਤੁਹਾਨੂੰ ਲੱਗਣਗੇ ਜੇਕਰ ਸੋਹਣੀ ਦਸਤਾਰ ਇਦਾਂ ਦੀ ਸਜਾਉਣੀ ਆ ਸੋ ਇਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਸਿਰ ਕਵਰ ਕਰਾਂਗੇ ਸਿਰ ਕਵਰ ਕਰਨ ਦੇ ਦੌਰਾਨ ਤੁਸੀਂ ਦੇਖੋ ਫਰੰਟ ਤੇ ਬੱਲ ਨਹੀਂ ਪੈਣ ਦੇਣਾ ਸਿੰਪਲ ਸਿੱਧੇ ਦਾ ਸਿੱਧਾ ਲਾੜੂਵੇਂ ਆਪਾਂ ਕਰਕੇ ਸਿਰ ਕਵਰ ਕਰ ਲੈਣਾ ਸੋ ਤੁਸੀਂ ਦੇਖ ਸਕਦੇ ਹੋ ਸਿਰ ਕਵਰ ਹੋ ਚੁੱਕਿਆ ਤੇ ਵੀਡੀਓ ਆਪਣੀ ਕੰਪਲੀਟਲੀ ਪੂਰੀ ਹੋ ਚੁੱਕੀ ਆ ਦਸਤਾਰ ਬੰਨੀ ਜਾ ਚੁੱਕੀ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਂਦੇ ਜਾਂਦੇ ਕਮੈਂਟ ਬਾਕਸ ਦੇ ਵਿੱਚ ਇਨਾਂ ਦਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਵੀਡੀਓ ਸਾਂਝੀ ਜਰੂਰ ਕਰਨਾ ਤਾਂ ਕਿ ਹੋਰ ਵੀ ਵੀਰ ਭਰਾ ਵਧੀਆ ਦਸਤਾਰ ਆ ਜਿਹੜੇ ਕਿ ਸਿੱਖ ਸਕਣ ਸੋ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜਿਉਂਦੇ ਬਸਤੇ ਰਹੋ